ਬਸ ਜਿਹੜੀ ਚਲੀ ਉਹਦੇ ਵਾਸਤੇ ਜਿੰਨਾ ਪਾਣੀ ਚਾਹੀਦਾ ਹੈਗਾ, ਜਦ ਪਾਣੀ ਪੂਰਾ ਹੋਗਾ ਤਾਂ ਬਸ ਚਲਾਈ ਜਾਊਗੀ। ਕੱਲ ਉਹਦਾ ਕੱਲਾ ਉਦਘਾਟਨ ਕੀਤਾ ਗਿਆ। ਚਲੋ ਜੀ ਮੈਡਮ, 100 ਸੀਟਾਂ ਦਾ ਦਾਅਵਾ ਕਰ ਰਹੀ ਹੈਗੀ ਜੀ। 100 ਸੀਟਾਂ ਵਿੱਚੋਂ ਮੈਂ ਕਹਿੰਦੀ ਹਾਂ ਕਿ 100 ਤੋਂ ਪਹਿਲੇ ਜਿਹੜਾ 1 ਨੰਬਰ ਲੱਗਦਾ ਨਾ, ਉਹ 1 ਨੰਬਰ ਨੂੰ ਉਡਾ ਦਿਓ ਤਾਂ ਬਾਕੀ 00। ਚਲੋ ਫਸਟ ਏਡ ਵਾਸਤੇ ਜਿਹੜੀ ਨੇ NOC ਨਹੀਂ ਦਿੱਤੀ ਹੈ, ਸਾਨੂੰ ਲੱਗਦਾ ਸੀ ਜਲਦਬਾਜ਼ੀ ਦੇ ਵਿੱਚ ਨਹੀਂ ਹੋਣਾ। ਦੇਖੋ ਇਹਨੂੰ ਪਹਿਲੇ ਹੀ ਬਸ ਸਟੈਂਡ ਬਣ ਵੀ ਜਾਣਾ ਸੀਗਾ, ਲੇਕਿਨ ਜਿਹੜੀ ਆਰਮੀ ਦੀ ਸੀਗੀਆਂ ਕਿ ਉਸਦੀ ਸਿਕਿਉਰਿਟੀ ਰੀਜ਼ਨ ਨੂੰ ਦੇਖਦੇ ਹੋਏ, ਉਹਦੀ ਉਚਾਈ ਘਟਾਈ ਆ ਸਾਰਾ ਕਰਕੇ ਅਸੀਂ ਉਹ ਸਾਰੀ ਚੀਜ਼ਾਂ ਨੂੰ ਅਕੋਮੋਡੇਟ ਕੀਤਾ ਹੈਗਾ। ਜੇ ਕੋਈ ਹੋਰ ਆਰਮੀ ਦੀ ਜਿਹੜੀ ਓਬਜੈਕਸ਼ਨਸ ਹੋਣਗੀਆਂ ਉਹਨਾਂ ਨੂੰ ਵੀ ਅਕੋਮੋਡੇਟ ਕੀਤਾ ਜਾਊਗਾ, ਲੇਕਿਨ ਬੱਸ ਸਟੈਂਡ ਤੋਂ ਬਣੂਗਾ ਜ਼ਰੂਰ। ਅਸੀਂ ਜਿੰਨੇ ਮੰਜ਼ਿਲ ਹੀ ਚਾਹੁੰਦੇ ਸੀ ਭਾਵੇਂ ਉਹਨੇ ਨਹੀਂ, ਘੱਟ ਮੰਜ਼ਿਲ 'ਤੇ ਬਣ ਜਾਊਗਾ, ਲੇਕਿਨ ਇਹ ਕੰਡੀਸ਼ਨ ਇਹ 40 ਕਰੋੜ ਦੀ ਲਾਗਤ ਦੇ ਨਾਲ ਜਿੱਥੇ ਕਮਰਸ਼ਲ ਵੀ ਹੋਊਗਾ, ਬਿਲਕੁਲ ਮਾਡਰਨ ਬੱਸ ਸਟੈਂਡ ਹੋਊਗਾ। ਅੱਜ ਬਠਿੰਡੇ 'ਚ ਤੁਸੀਂ ਦੇਖ ਰਹੇ ਹੋ, ਅੱਜ ਬਠਿੰਡੇ ਨੂੰ ਦੁਨੀਆ ਦੇ ਨਕਸ਼ੇ ਵਿੱਚ ਹਵਾਈ ਦੇ ਰਾਹੀਂ ਜੋੜਤਾ ਗਿਆ, ਕੁਛ ਮਹੀਨੇ ਪਹਿਲੇ ਸ਼ਤਾਬਦੀ ਦੇ ਰਾਹੀਂ ਵੀ ਜੋੜਤਾ ਗਿਆ। ਉਹ ਸਾਰੀ ਚੀਜ਼ਾਂ ਜਿਹੜੀ ਬਠਿੰਡਿਆਂ 'ਚ ਘਾਟ ਕਮੀ ਸੀਗੀ, ਜਿਹੜੇ 10 ਸਾਲ ਕਾਂਗਰਸ ਨਹੀਂ ਕਰ ਸਕੀ, ਉਹਨਾਂ ਦੇ ਮੰਤਰੀ ਨਹੀਂ ਕਰ ਸਕੇ, ਅੱਜ ਮੈਨੂੰ ਮਾਣ ਹੈ ਕਿ 2 ਸਾਲਾਂ ਦੇ ਅੰਦਰ 1-1 ਕਰਕੇ ਅਸੀਂ ਸਾਰੀ ਚੀਜ਼ ਪੂਰੀ ਕਰ ਰਹੇ ਹਾਂ। ਉਹ ਦਿਨ ਦੂਰ ਨਹੀਂ, ਇਹ ਸਾਰੀ ਚੀਜ਼ਾਂ 'ਤੇ ਆਉਣ ਦੇ ਨਾਲ, ਏਮਸ ਦੇ ਆਉਣ ਦੇ ਨਾਲ, ਸੈਂਟਰਲ ਯੂਨੀਵਰਸਿਟੀ ਆਉਣ ਦੇ ਨਾਲ, ਹਵਾਈ ਅਤੇ ਰੇਲ ਅਤੇ ਬੱਸ ਦੀ ਕਨੈਕਟੀਵਿਟੀ, ਵੱਡੀਆਂ ਵੱਡੀਆਂ ਸੜਕਾਂ ਦੇ, ਬਿਜਲੀ ਦੇ ਆਉਣ ਦੇ ਨਾਲ, ਅਸੀਂ ਜਿਹਨੂੰ ਇਹ ਵਪਾਰ ਦਾ ਕੇਂਦਰ ਬਣਾ ਕੇ ਇਸ ਇਲਾਕੇ ਦੀ ਡਿਵੈਲਪਮੈਂਟ ਨੂੰ ਹੋਰ ਅਗਲੇ ਲੈਵਲ 'ਚ ਲਿਜਾਣਾ ਚਾਹੁੰਦੇ ਹਾਂ, ਇਹ ਜ਼ਰੂਰ ਹੋਊਗਾ। ਜਿਹਦੇ ਵਪਾਰ ਦੇ ਵਧਣ ਦੇ ਨਾਲ ਇੱਥੇ ਇੰਪਲੋਇਮੈਂਟ ਵੀ ਜਨਰੇਟ ਹੋਊਗੀ, ਤਾਂ ਬਠਿੰਡਾ ਪੰਜਾਬ ਦੇ ਨਕਸ਼ੇ ਵਿੱਚ ਲੁਧਿਆਣੇ ਦੇ ਬਰਾਬਰ ਦਾ ਨਹੀਂ, ਲੇਕਿਨ ਹੋਰ ਅੱਗੇ ਵੱਧ ਕੇ ਦਿੱਲੀ ਦੇ ਬਰਾਬਰ 'ਚ ਹੋ ਜਾਊਗਾ।